ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਪੰਜਾਬ 'ਚ ਜਦੋਂ ਕੋਈ ਪਲੱਸ ਟੂ ਕਰਦਾ ਹੈ ਜਾਂ ਕਿਤੇ ਵੀ ਬੱਚਿਆਂ ਨੂੰ ਇੱਕ ਫਿਕਰ ਹੁੰਦਾ ਹੈ ਕਿ ਅੱਗੇ ਕਿਵੇਂ ਜਾਈਏ, ਗ੍ਰੈਜੂਏਸ਼ਨ ਕਰਦਾ ਤਾਂ ਹੋਰ ਸਟੈਪਸ ਜਿਹੜੇ ਅਗਲੇ ਹੁੰਦੇ ਆ ਉਹ ਲੈਣ 'ਚ ਇੱਕ ਫਿਕਰਮੰਦੀ ਹਰ ਮਾਪਿਆਂ ਦੀ, ਅਤੇ ਹੁਣ ਤਾਂ ਬੱਚਿਆਂ ਨੂੰ ਇਹ ਫਿਕਰ ਹੋ ਗਿਆ ਕਿ ਅਸੀਂ ਕੀ ਕਰਨਾ ਹੈ। IPS ਅਫਸਰ ਬਣਨਾ ਜਾਂ ਉੱਥੋਂ ਤੱਕ ਪਹੁੰਚਣਾ ਕਿੰਨਾ ਕੁ ਸੁਖਾਲਾ ਹੈ, ਕਿੱਥੋਂ ਜੋ ਨਿਉਂ ਰੱਖਣੀ ਹੁੰਦੀ ਹੈ ਇਹਦੀ, ਇਹ ਜਦੋਂ ਜ਼ਿਕਰ ਕਰਾਂਗੇ ਤਾਂ ਹੀ ਇਹ ਜਿਹੜੇ ਪੈੜਾਂ ਅੱਗੇ ਤੁਰਨਗੀਆਂ। ਮੇਰੇ ਨਾਲ ਜਸਰੂਪ ਕੌਰ ਬਾਠ ਜੀ ਮੌਜੂਦ ਨੇ ਜਿਹੜੇ IPS ਨੇ, ਨਵਾਂ ਨਵਾਂ ਇਗਜ਼ਾਮ ਅਤੇ ਨੂੰ ਪਾਰ ਕਰਕੇ ਅੱਗੇ ਆਏ ਹੈ। ਕਿਵੇਂ ਨਿਉਂ ਰੱਖਣੀ ਹੈ, ਕਿਸ ਤਰ੍ਹਾਂ ਦਾ ਮਾਨਸਿਕ ਸੰਤੁਲਨ ਚਾਹੀਦਾ ਹੈ, ਕਿਸ ਤਰ੍ਹਾਂ ਦੀ ਤਿਆਰੀ ਚਾਹੀਦੀ ਹੈ ਇਸ ਦੌੜ ਨੂੰ ਪਾਰ ਕਰਨ ਲਈ, ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਜਾਣਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ। ਅੱਛਾ, ਕਦੋਂ ਕੁ ਗੋਲ ਮਿਥ ਲਿਆ ਸੀ ਕਿ IPS ਵੱਲ ਜਾਣਾ ਜਾਂ ਪੁਲਿਸ ਵਾਲੀ ਸਾਈਡ ਜਾਣਾ? ਇਹ ਮੈਂ ਤਿਆਰੀ ਸ਼ੁਰੂ ਕੀਤੀ ਸੀ ਕਾਲਜ ਖਤਮ ਹੋਣ ਤੋਂ ਬਾਅਦ ਜੀ, ਤੇ UPSC ਦੀ ਤਿਆਰੀ ਸੀ, ਇਹਦੇ ਚ IAS IPS ਫੋਰਨ ਸਰਵਿਸ ਸਾਰੇ ਹੀ ਆ ਜਾਂਦੇ ਜੀ, ਤੇ ਗੋਲ UPSC ਕਲੀਅਰ ਕਰਨਾ ਸੀ। ਅੱਛਾ, ਕੁੜੀਆਂ ਨੂੰ ਹੁੰਦਾ ਵੀ ਸਿਵਲ ਵਾਲੇ ਪਾਸੇ ਜਾਣ, ਪੁਲਿਸ ਵਾਲੀ ਚੋਣ ਕਿਵੇਂ ਹੋਈ? ਹਾਂਜੀ, ਇਹ ਹੁੰਦਾ ਹੈ ਪੁਲਿਸ ਵਿੱਚ ਕੁੜੀਆਂ ਬਹੁਤ ਘੱਟ ਹੁੰਦੀਆਂ ਜੀ, ਬਿਲਕੁਲ, ਪਰ ਮੈਂ ਆਰਮੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਮਤਲਬ ਮੇਰੇ ਐਕਸਟੈਂਡਡ ਫੈਮਿਲੀ ਸਾਰੇ ਆਰਮੀ ਸੀ, ਮੇਰੇ ਦਾਦਾ ਜੀ ਵੀ, ਤੇ ਮੈਨੂੰ ਤਾਂ ਅਟਰੈਕਟ ਕਰਦਾ ਹੀ ਸੀ ਜੀ। ਅੱਛਾ, IPS ਬਣਨ ਦੇ ਰਾਹ 'ਚ ਕਠਿਨਾਈਆਂ ਕਿਹੜੀਆਂ ਦੇਖਦੇ ਹੋ? ਕਠਿਨਾਈਆਂ ਕਈ ਤਰ੍ਹਾਂ ਦੀਆਂ ਆਉਂਦੀਆਂ ਜੀ, ਫਰੈਂਕਲੀ ਪਹਿਲਾਂ ਤਾਂ ਇਗਜ਼ਾਮ ਆਪਣੇ ਆਪ 'ਚ ਹੀ ਕਲੀਅਰ ਕਰਨਾ ਬਹੁਤ ਔਖਾ ਹੈ, ਇੰਨਾ ਵਾਸਟ ਸਿਲੇਬਸ ਹੋਣ ਕਰਕੇ, ਅਤੇ ਬੱਚਿਆਂ ਨੂੰ ਜਿਹੜੇ ਤਿਆਰੀ ਸ਼ੁਰੂ ਕਰਦੇ ਆ ਪਤਾ ਵੀ ਨਹੀਂ ਹੁੰਦਾ ਕਿ ਕਿੱਥੋਂ ਕਰਨੀ ਹੈ, ਕੀ ਸਿਲੇਬਸ ਹੈ, ਕਿਵੇਂ ਮਤਲਬ ਤਿਆਰੀ ਕਰਨੀ ਹੈ, ਪੇਪਰ ਅਟੈਂਪਟ ਕਰਨਾ, ਇਹਨੂੰ ਛੱਡ ਕੇ ਫਾਈਨੈਂਸ਼ੀਅਲ ਇਸ਼ੂਜ਼ ਕਈ ਆਉਂਦੇ ਆ। ਕੁੜੀਆਂ ਲਈ ਇਹ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦਾ ਵਿੱਚੇ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਤਿਆਰੀ ਉਹਨਾਂ ਦੀ ਛੁੱਟ ਜਾਂਦੀ ਹੈ, ਅਤੇ ਕਈ ਵਾਰ ਫਿਜ਼ੀਕਲ ਪ੍ਰੋਬਲਮਸ ਵੀ ਆ ਜਾਂਦੀਆਂ ਸਿਟਿੰਗ ਦੇ ਨਾਲ। ਹਾਂਜੀ ਹਾਂਜੀ, ਕਿਉਂਕਿ ਲੌਂਗ ਆਵਰਸ ਆਫ ਸਿਟਿੰਗ ਹੁੰਦੇ ਆ ਤਾਂ ਬੈਕ ਇਸ਼ੂਜ਼ ਆ ਜਾਂਦੇ ਆ, ਵੇਟ ਇਸ਼ੂਜ਼ ਆ ਜਾਂਦੇ ਆ। ਕਿੰਨੇ ਘੰਟੇ ਦੀ ਸਾਧਨਾ ਹੁੰਦੀ ਹੈ ਪੜ੍ਹਾਈ ਹੈ ਜਿਹੜੀ, ਕਿੰਨੇ ਘੰਟੇ ਰੋਜ਼ਾਨਾ ਦੇਖਦੇ ਹੋ ਤੁਸੀਂ? ਇਹ ਫਰੈਂਕਲੀ ਬੰਦੇ ਤੋਂ ਬੰਦੇ ਤੇ ਡਿਫਰ ਕਰਦਾ ਹੈ ਜੀ, ਆਪਣੀ ਤੁਹਾਡੀ ਕੈਪੇਬਿਲਿਟੀ ਕਿੰਨੀ ਹੈ। ਕਈ ਲੋਕ 15-15 ਘੰਟੇ ਵੀ ਬੈਠ ਜਾਂਦੇ ਆ। ਅੱਛਾ ਜੀ, ਮੈਂ 8-10 ਘੰਟੇ ਤੋਂ ਜ਼ਿਆਦਾ ਕਦੇ ਨਹੀਂ ਬੈਠੀ ਸੀ ਜੀ, ਪਰ ਮੇ ਵੀ ਸ਼ਾਇਦ ਤਾਂ ਹੀ ਮੈਨੂੰ ਟਾਈਮ ਵੀ ਜ਼ਿਆਦਾ ਲੱਗ ਗਿਆ। ਅੱਛਾ ਜੀ, ਹਾਂਜੀ। ਅੱਛਾ, ਜਦੋਂ 8-10 ਘੰਟੇ ਬੰਦਾ ਕਿਸੇ ਇੱਕ ਚੀਜ਼ ਨੂੰ ਫੋਕਸ ਕਰਕੇ ਬੈਠਦਾ ਹੈ ਅਤੇ ਉਹਨੇ ਮਾਨਸਿਕ ਸੰਤੁਲਨ ਵੀ, ਕਿਉਂਕਿ ਮਨ ਤਾਂ ਭਜਦਾ ਤੁਸੀਂ ਫਿਜ਼ੀਕਲੀ ਬੈਠੇ ਹੋ, ਉਹਨੂੰ ਕਿਵੇਂ ਕੰਟਰੋਲ ਕਰਨਾ? ਇਹਦੇ 'ਚ ਸਪੋਰਟ ਸਿਸਟਮ ਬਹੁਤ ਜ਼ਰੂਰੀ ਹੈ। ਮੇਰੀ ਫੈਮਿਲੀ ਬਹੁਤ ਸਪੋਰਟਿਵ ਸੀ, ਮੇਰੇ ਪੇਰੈਂਟਸ, ਮੇਰੀ ਸਿਸਟਰ ਜੀ, ਤਾਂ ਉਹਨਾਂ ਦਾ ਮੈਨੂੰ ਬਹੁਤ ਸਹਾਰਾ ਰਿਹਾ ਜੀ। ਫੈਮਿਲੀ ਨਾ ਹੋਵੇ ਤਾਂ ਨਾਲ ਕਈ ਵਾਰ ਤਿਆਰੀ ਕਰਨ ਵਾਲੇ ਹੋ ਜਾਂਦੇ ਆ, ਫਰੈਂਡ ਸਟੱਡੀ ਸਰਕਲ ਫਰੈਂਡਸ ਦਾ ਹੀ ਬਣ ਜਾਂਦਾ ਹੈ, ਇੱਕ ਦੂਜੇ ਨੂੰ ਮੋਟੀਵੇਟ ਵੀ ਕਰਕੇ ਰੱਖਦੇ ਆ, ਐਂਟਰਟੇਨ ਵੀ ਕਰਕੇ ਰੱਖਦੇ ਆ। ਇਹਨੂੰ ਛੱਡ ਕੇ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਹੋਬੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜਾਂ ਫਿਜ਼ੀਕਲ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ, ਜਾਂ ਕੋਈ ਸਪੋਰਟਸ ਤੁਹਾਡੀ ਚੁਣੀ ਹੋਵੇ। ਬਿਲਕੁਲ ਬਿਲਕੁਲ ਜੀ। ਅੱਛਾ, ਜਦੋਂ ਤੁਸੀਂ ਇਸ ਰਾਹ ਤੁਰ ਪਏ ਹੋ, ਫੇਲੀਅਰਸ ਵੀ ਆਉਂਦੇ ਆ? ਬਿਲਕੁਲ ਆਉਂਦੇ। ਅਤੇ ਇਗਜ਼ਾਮ ਜ਼ਰੂਰੀ ਨਹੀਂ ਕਿ ਫਸਟ ਟਾਈਮ ਹੀ ਨਿਕਲ ਜੇ ਜਾਂ ਸੈਕਿੰਡ ਟਾਈਮ, ਕਦੋਂ ਠੀਕ ਆਉਣਾ? ਉਹ ਫੇਲੀਅਰਸ ਨੂੰ ਪਾਸ ਕਰਨ ਲਈ ਕੀ ਕਰਦੇ ਹੋ ਫਿਰ, ਤਾਂ ਕਿ ਸੰਤੁਲਨ ਬਣਿਆ ਰਹੇ ਮਾਨਸਿਕ ਤੌਰ 'ਤੇ? ਇਹ ਸਵਾਲ ਤਾਂ ਚੰਗਾ ਕੀਤਾ, ਮੈਂ ਲਾਸਟ ਅਟੈਂਪਟ ਵਿੱਚ ਪਾਸ ਕੀਤਾ। ਅੱਛਾ ਜੀ ਜੀ, ਮੈਂ ਮਤਲਬ ਇਸ ਤੋਂ ਪਹਿਲਾਂ ਵੀ ਸਰਵਿਸ ਵਿੱਚ ਆ ਗਈ ਸੀ ਪਰ ਮੈਂ ਦੁਬਾਰਾ ਦਿੱਤਾ ਸੀ ਇਗਜ਼ਾਮ। ਅੱਛਾ ਜੀ, ਅਤੇ IPS ਮੇਰਾ ਲਾਸਟ ਅਟੈਂਪਟ ਵਿੱਚ ਹੋਇਆ, ਅਤੇ ਫੇਲੀਅਰ ਤਾਂ ਓਬਵੀਅਸਲੀ ਹਮੇਸ਼ਾ ਹੀ ਬਹੁਤ ਔਖਾ ਹੁੰਦਾ ਪਾਰ ਕਰਨਾ ਜੀ। ਇਹ ਤਾਂ ਹੀ ਮੈਂ ਕਿਹਾ ਸੀ ਕਿ ਤੁਹਾਡਾ ਨਾ ਕੋਈ ਸਪੋਰਟ ਸਿਸਟਮ ਚਾਹੀਦਾ। ਮੇਰੀ ਫੈਮਿਲੀ ਮੇਰੇ ਨਾਲ ਹਮੇਸ਼ਾ ਸੀ ਜੀ, ਅਤੇ ਮੇਰੇ ਜਿਹੜੇ ਟੀਚਰ ਸੀ, ਅਤੇ ਆਪਣੇ ਆਪ 'ਤੇ ਵੀ ਭਰੋਸਾ ਹੋਣਾ ਚਾਹੀਦਾ ਕਿ ਤੁਸੀਂ ਕਰ ਜਾਓਗੇ ਇਸ ਵਾਰ, ਨਹੀਂ ਤਾਂ ਅਗਲੀ ਵਾਰ ਸੇ ਜੀ ਤਿਆਰੀ ਤੁਹਾਡੀ ਪੂਰੀ ਹੈ, ਆਪ 'ਤੇ ਭਰੋਸਾ ਰੱਖੋ ਜੀ। ਅੱਛਾ, ਅੱਜ ਵੀ ਬੱਚਿਆਂ ਦੇ ਵਿੱਚ ਮੈਂ ਬਹੁਤ ਸਾਰੇ ਬੱਚਿਆਂ ਨਾਲ ਗੱਲ ਕੀਤੀ ਹੈ ਕਿ ਅੱਜ ਵੀ ਨਹੀਂ ਪਤਾ ਲੱਗਦਾ ਕਿ ਕੋਚਿੰਗ ਕਿੱਥੋਂ ਲੈਣੀ ਹੈ, ਔਨਲਾਈਨ ਕਲਾਸ ਕਿੱਥੋਂ ਮਿਲਣੀ ਹੈ, ਸਿਲੇਬਸ ਕੀ ਪੜ੍ਹਨਾ, ਇਹਦਾ ਮਸਲੇ ਦਾ ਹੱਲ ਕੀ ਹੈ ਫਿਰ? ਇਹਦਾ ਮਸਲੇ ਦਾ ਹੱਲ ਨਾ ਅੱਧਾ ਤਾਂ ਕਰੋਨਾ ਨੇ ਦੇ ਦਿੱਤਾ, ਕਿਉਂਕਿ ਪਹਿਲਾਂ ਦਿੱਲੀ ਜਾ ਕੇ ਤਿਆਰੀ ਕਰਨੀ ਪੈਂਦੀ ਸੀ, ਉੱਥੇ ਪਤਾ ਨਹੀਂ ਚੱਲਦਾ ਸੀ ਇੰਸਟੀਟਿਊਸ਼ਨ ਕਿਹੜਾ ਚੰਗਾ। ਕਰੋਨਾ ਦੇ ਆਉਣ ਤੋਂ ਬਾਅਦ ਸਾਰੀ ਕਲਾਸਿਸ ਔਨਲਾਈਨ ਹੋ ਗਈਆਂ ਜੀ, ਤੇ ਬਹੁਤ ਸਾਰਾ ਕੰਟੈਂਟ ਫ੍ਰੀ ਵੀ ਹੋ ਗਿਆ, ਤੇ ਲੋਕਾਂ ਨੇ ਆਪ ਆਪਣੀ ਵੀਡੀਓਜ਼ ਪਾਉਣੀ, ਮੌਕ ਟੈਸਟ ਪਾਉਣੇ ਸ਼ੁਰੂ ਕਰਤੇ ਆ ਜੀ।
ਸਿਲੇਬਸ ਦਾ ਤਾਂ ਦੇਖੋ ਯੂਪੀਐਸਸੀ ਦੀ ਵੈਬਸਾਈਟ ਤੋਂ ਹੀ ਪਤਾ ਚੱਲ ਜਾਂਦਾ ਹੈ ਜੀ। ਇਸ ਤੋਂ ਬਾਅਦ ਨਾ ਸੈਲਫ ਸਟੱਡੀ ਬਹੁਤ ਚਾਹੀਦੀ ਹੈ ਜੀ। ਇਹ ਟੋਪਰਸ ਦੀ ਬਲੌਗ ਵਗੈਰਾ ਹੈ, ਉਹਨਾਂ ਨੂੰ ਪੜ੍ਹੋ, ਜਿਵੇਂ ਇਨਸਾਈਟ ਆਈਏਐਸ ਹੋ ਗਿਆ, ਇਸ 'ਤੇ ਟੋਪਰਸ ਨੇ ਆਪਣੇ ਬਲੌਗ ਪਾਏ ਹੁੰਦੇ ਕਿ ਉਹ ਕਿਹੜੀ ਬੁੱਕਸ ਪੜ੍ਹ ਕੇ ਕਿਹੜੀ ਕੋਚਿੰਗ ਲੈ ਕੇ ਪਾਸ ਹੋਏ ਹਾਂ। ਤਾਂ ਇਹ ਕੋਈ ਇੱਕ ਅੱਧੀ ਕੋਚਿੰਗ ਸੈੱਟ ਨਹੀਂ ਹੈ ਜਿਹੜੀ ਚੰਗੀ ਹੁੰਦੀ ਹੈ, ਸਾਰਿਆਂ 'ਚ ਆਪਣੇ ਨੁਕਸਾਨ ਵੀ ਹੈ, ਸਾਰਿਆਂ ਚੰਗੀਆਂ ਗੱਲਾਂ ਵੀ ਹੈ। ਤਾਂ ਇਹ ਆਪ ਲੱਭਣਾ ਹੁੰਦਾ, ਪਰ ਟੋਪਰਸ ਦੀ ਤੁਸੀਂ ਵੀਡੀਓਜ਼ ਦੇਖੋ, ਉਹਨਾਂ ਦੇ ਆਨਸਰ ਸ਼ੀਟਸ ਪੜ੍ਹੋ, ਅੱਧਾ ਤਾਂ ਉਹਨਾਂ ਤੋਂ ਹੀ ਪਤਾ ਚੱਲ ਜਾਂਦਾ ਜੀ। ਹੁਣ ਜਾਣੀ ਥੋੜ੍ਹਾ ਰਾਹ ਸੁਖਾਲਾ ਹੋਇਆ। ਬਿਲਕੁਲ ਜੀ, ਬਿਲਕੁਲ। ਅੱਛਾ, ਫਾਈਨੈਂਸ ਦੀ ਤੁਸੀਂ ਗੱਲ ਕੀਤੀ ਸੀ, ਕੋਚਿੰਗ ਹਰ ਥਾਂ ਮਹਿੰਗੀ ਮਹਿੰਗੀ ਹੈ। ਬਿਲਕੁਲ ਜੀ, ਜਦੋਂ ਇਹ ਥਾਂ ਮਹਿੰਗੀ ਆ ਜਾਂਦੀ ਹੈ, ਵੱਡੀ ਅਚੀਵਮੈਂਟ ਹੈ ਤਾਂ ਮਹਿੰਗੀ ਹੈ। ਲੱਗਦਾ ਕਿ ਸਰਕਾਰ ਨੂੰ ਕੁਛ ਇਹੋ ਜਿਹੀਆਂ ਕੋਚਿੰਗ ਸੈਂਟਰ ਸਥਾਪਿਤ ਕਰਨੇ ਚਾਹੀਦੇ ਕਿ ਬੱਚਿਆਂ ਨੂੰ ਫ੍ਰੀ ਕੋਚਿੰਗ ਮਿਲ ਸਕੇ। ਹਾਂਜੀ, ਇਹ ਆਈਡੀਆ ਚੰਗਾ ਰਹੇਗਾ ਜੀ ਕਿ ਸਰਕਾਰ ਵੱਲੋਂ ਹੀ ਐਟਲੀਸਟ ਜਿਹੜੇ ਪ੍ਰੀਲਿਮ ਐਗਜ਼ਾਮ ਵਿੱਚ ਪਾਸ ਹੁੰਦੇ ਆ ਜੀ, ਉਸ ਤੋਂ ਬਾਅਦ ਜਿਹੜੇ ਮੇਨਸ ਲਿਖ ਰਹੇ ਹੁੰਦੇ ਆ ਉਹਨਾਂ ਲਈ ਫ੍ਰੀ ਕੋਚਿੰਗ ਕਰ ਦੇਣ ਜਾਂ ਸਬਸਿਡਾਈਜ਼ਡ ਰੇਟਸ 'ਤੇ ਕੋਚਿੰਗ ਕਰ ਦੇਣ। ਜਿਹੜੀ ਇੰਟਰਵਿਊ ਮੇਨਸ ਵੀ ਜਿਨ੍ਹਾਂ ਨੇ ਇੰਟਰਵਿਊ ਕਲੀਅਰ ਕਰ ਲਿਆ ਅਤੇ ਇੰਟਰਵਿਊ ਦੀ ਤਿਆਰੀ ਕਰ ਰਹੇ ਆ ਜੀ, ਉਹਨਾਂ ਲਈ ਫ੍ਰੀ ਪੈਨਲਸ ਦੀ ਜੀ ਇਸਟੈਬਲਿਸ਼ਮੈਂਟ ਸਥਾਪਨਾ ਕਰ ਦੇਣ, ਜਿਹੜੇ ਇੰਟਰਵਿਊ ਦੀ ਗਾਈਡੈਂਸ ਦੇ ਸਕਣ ਜੀ। ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਜੋ ਤੁਸੀਂ ਅਟਰੈਕਟ ਕਰਦੇ ਹੋ ਆਪਦੇ ਵੱਲ ਉਹ ਤੁਹਾਨੂੰ ਮਿਲ ਜਾਂਦਾ ਹੈ, ਕਿ ਇਹ ਇਹ ਗੱਲ ਕੰਮ ਕਰਦੀ ਹੈ ਕਿਤੇ ਨਾ ਕਿਤੇ ਤਾਂ ਕਰਦੀ ਹੈ ਜੀ, ਨੀਤ ਨੂੰ ਮੁਰਾਦ ਹੁੰਦੀ ਹੈ। ਕੀ ਬਾਤ ਹੈ। ਹਾਂਜੀ। ਅੱਛਾ, ਤੁਹਾਨੂੰ ਲੱਗਦਾ ਕਿ ਕਦੋਂ ਕੁ ਤੁਸੀਂ ਸਟੱਡੀ ਟਾਈਮ 'ਚ ਕਦੋਂ ਕੁ ਸੁਪਨਾ ਬੁਣ ਲਿਆ ਸੀ ਅਤੇ ਉਸ 'ਤੇ ਕੰਮ ਕੀਤਾ, ਕਦੋਂ ਕੁ ਨਿਉਂ ਰੱਖਣੀ ਚਾਹੀਦੀ ਬੱਚੇ ਨੂੰ ਕਿ ਮੈਂ ਇਸ ਰਾਹ ਜਾਣਾ? ਅੱਜ ਇਹ ਵੀ ਸਾਰਿਆਂ ਦੀ ਜਰਨੀ ਦੇਖੋ ਡਿਫਰੈਂਟ ਹੁੰਦੀ ਹੈ ਜੀ। ਮੈਂ ਕਾਲਜ ਤੋਂ ਬਾਅਦ ਤਿਆਰੀ ਸ਼ੁਰੂ ਕੀਤੀ, ਕਈ ਮੈਨੂੰ ਜਾਣਦੇ ਸੀ ਜਿਹੜੇ ਕਾਲਜ ਦੇ ਪਹਿਲੇ ਸਾਲ ਤੋਂ ਹੀ ਸ਼ੁਰੂ ਕਰ ਦਿੰਦੇ ਆ, ਹੁਣ ਤਾਂ ਬੱਚੇ ਸਿਆਣੇ ਹੋ ਗਏ, ਹੁਣ ਸਕੂਲ ਵੇਲੇ ਤੋਂ ਹੀ ਸ਼ੁਰੂ ਕਰ ਦਿੰਦੇ ਆ ਜੀ। ਤੇ ਆਈਡਲੀ ਮੈਨੂੰ ਲੱਗਦਾ ਹੈ ਕਿ ਜਦ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ ਕਾਲਜ ਦੀ ਤਿਆਰੀ ਦੇ ਨਾਲ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ। ਆਮ ਜਿਹੜੇ ਪਿੰਡਾਂ ਦੇ ਅਸੀਂ ਜੰਮੇ ਪੜ੍ਹੇ, ਸਾਨੂੰ ਲੱਗਦਾ ਵੀ IPS ਬਣਨਾ, IAS ਬਣਨਾ ਸਾਡੇ ਪਿੰਡਾਂ ਵਾਲਿਆਂ ਦੇ ਵੱਸ ਦੀ ਗੱਲ ਨਹੀਂ, ਸਾਡੇ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ। ਤੁਸੀਂ ਇਸ ਥਾਟ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਇਹ ਕਿਤੇ ਸੱਚ ਹੁੰਦਾ ਵੀ ਸੀ ਕਿਉਂਕਿ ਅਵੇਅਰਨੈਸ ਨਹੀਂ ਹੁੰਦੀ ਸੀ, ਜੇ ਅਵੇਅਰਨੈਸ ਹੋਵੇ ਤਾਂ ਵੀ ਪਤਾ ਨਹੀਂ ਚੱਲਦਾ ਸੀ ਤਿਆਰੀ ਕਿੱਥੋਂ ਕਰਨੀ ਹੈ। ਹੁਣ ਇੰਟਰਨੈਟ ਨੇ ਬਹੁਤ ਬਹੁਤ ਇਹ ਗੈਪ ਬ੍ਰਿਜ ਕਰਤਾ ਹੈ ਜੀ, ਕਿਉਂਕਿ ਮੋਬਾਈਲ ਫੋਨ ਸਾਰਿਆਂ ਕੋਲ ਹੈ, ਇੰਟਰਨੈਟ ਕਨੈਕਸ਼ਨ ਸਾਰਿਆਂ ਕੋਲ ਹੈ, ਤਾਂ ਬੱਚੇ ਵੀ ਸਿਆਣੇ ਆ। ਕਈ ਮੇਰੇ ਕੋਲ ਛੋਟੀ ਕੁੜੀਆਂ ਦੇ ਫੋਨ ਆਉਂਦੇ, ਸਕੂਲ 8ਵੀਂ 'ਚ ਇੱਕ ਕੁੜੀ ਦਾ ਫੋਨ ਆਇਆ ਸੀ ਕਿ ਮੈਂ 8ਵੀਂ 'ਚ ਮੈਂ ਤਿਆਰੀ ਕਿਵੇਂ ਸ਼ੁਰੂ ਕਰਾਂ। ਕੀ ਬਾਤ ਹੈ ਜੀ ਜੀ। ਤਾਂ ਨਾ ਇਹ ਇੰਟਰਨੈਟ ਨੇ ਬਹੁਤ ਗੈਪ ਬ੍ਰਿਜ ਕਰਤਾ, ਕਿਉਂਕਿ ਕਲਾਸਿਸ ਵੀ ਆਨਲਾਈਨ ਹੋ ਗਈਆਂ, ਹੁਣ ਤਾਂ ਤੁਹਾਨੂੰ ਜਾਣ ਦੀ ਵੀ ਨਹੀਂ ਲੋੜ ਹੈ। ਬਿਲਕੁਲ। ਇਹਦੇ ਕਰਕੇ ਅਸੀਂ ਦੇਖ ਵੀ ਰਹੇ ਹਾਂ ਕਿ ਪਿੰਡਾਂ ਤੋਂ ਜਿਹੜੀ ਰੂਰਲ ਪੋਪੂਲੇਸ਼ਨ ਤੋਂ ਕੈਂਡੀਡੇਟਸ ਦੀ ਸਿਲੈਕਸ਼ਨ ਵੱਧ ਗਈ ਹੈ ਪਿਛਲੇ। ਅੱਛਾ ਜੀ। ਹਾਂਜੀ। ਅੱਛਾ, ਜਦੋਂ ਬੱਚੇ ਨੇ ਤਿਆਰੀ ਕਰਨੀ ਹੈ, ਉਹਦੇ ਆਲੇ ਦੁਆਲੇ ਦਾ ਇਨਵਾਇਰਮੈਂਟ ਵੀ ਉਹਨੂੰ ਪ੍ਰਭਾਵਿਤ ਕਰਦਾ ਹੈ, ਉਹਦੇ ਨੇੜੇ ਤੇੜੇ ਦਾ ਸਿਸਟਮ ਉਹਨੂੰ ਪ੍ਰਭਾਵਿਤ ਕਰਦਾ ਹੈ, ਇਸ ਪ੍ਰਭਾਵ ਤੋਂ ਬਚਣ ਲਈ ਮਨ ਨੂੰ ਕਿਵੇਂ ਕੰਟਰੋਲ ਕਰਨਾ ਹੈ? ਇਹ ਤਾਂ ਮਨ ਮਾਰ ਕੇ ਹੀ ਕਈ ਵਾਰ ਪੜ੍ਹਨਾ ਪੈਂਦਾ ਹੈ ਜੀ। ਅਤੇ ਇੱਛਾ ਤਾਂ ਸਾਰਿਆਂ ਦੀ ਹੁੰਦੀ ਹੈ ਕਿ ਦੋਸਤਾਂ ਨਾਲ ਬਾਹਰ ਜਾਓ, ਹਮੇਸ਼ਾ ਜਾ ਵੀ ਨਹੀਂ ਸਕਦੇ, ਰਿਸ਼ਤੇਦਾਰਾਂ ਨੂੰ ਵਿਆਹ ਵੀ ਨਹੀਂ ਅਟੈਂਡ ਕਰ ਸਕਦੇ, ਰਿਸ਼ਤੇਦਾਰਾਂ ਨੂੰ ਵੀ ਨਹੀਂ ਮਿਲ ਸਕਦੇ, ਪਰ ਉਹ ਕਹਿੰਦੇ ਨਾ ਜਾਂ ਤਾਂ ਦੋ ਤਰ੍ਹਾਂ ਦੇ ਦੁੱਖ ਤੁਹਾਨੂੰ ਝੇਲਣੇ ਪੈਣਗੇ, ਜਾਂ ਡਿਸਿਪਲਿਨ ਦਾ ਜਾਂ ਪਛਤਾਵੇ ਦਾ। ਕੀ ਬਾਤ ਹੈ। ਤਾਂ ਕੋਈ ਇੱਕ ਫਿਰ ਚੂਜ਼ ਕਰਨਾ ਹੀ ਪੈਂਦਾ ਵੀ ਇਹ ਇੱਕ ਚੀਜ਼ 'ਤੇ ਤਾਂ ਰਹਿਣਾ ਹੀ ਪੈਣਾ। ਹਾਂਜੀ। ਅੱਜ ਤੁਸੀਂ ਇੱਥੇ ਬੈਠੇ ਹੋ ਤਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਸਭ ਤੋਂ ਵੱਡਾ ਮੋਟੀਵੇਸ਼ਨ ਜਾਂ ਹੌਸਲਾ ਕੌਣ ਹੈ? ਮੇਰੇ ਲਈ ਤਾਂ ਮੇਰੀ ਫੈਮਿਲੀ ਸੀ, ਡੈਫੀਨੇਟਲੀ ਮੇਰੇ ਪੇਰੈਂਟਸ ਸੀ ਅਤੇ ਮੇਰੀ ਸਿਸਟਰ ਸੀ ਜੀ, ਵੀ ਉਹਨਾਂ ਨੇ ਇੱਥੋਂ ਤੱਕ ਬੂਸਟ ਕਰਕੇ ਲੈ ਕੇ ਆਉਂਦਾ। ਬਿਲਕੁਲ ਜੀ, ਬਿਲਕੁਲ। ਜੇਕਰ ਤੁਸੀਂ IPS ਨਾ ਹੁੰਦੇ ਤਾਂ ਕੀ ਹੁੰਦੇ? ਜੇ ਮੈਂ IPS ਨਾ ਹੁੰਦੀ ਤਾਂ ਫਿਰ ਪਲਾਨ ਸੀ ਕਿ ਮੇਰੇ ਫਾਦਰ ਦਾ ਬਿਜ਼ਨਸ ਹੈ, ਉਹਨਾਂ ਦੀ ਹੈਲਪ ਕਰਨੀ ਹੈ। ਅੱਛਾ ਜੀ। ਪਰ ਇਹ ਵੀ ਮੈਂ ਤਾਂ ਅਸੀਂ ਕਰਨਾ ਸ਼ੁਰੂ ਕੀਤਾ ਜਦ ਦੋ ਤਿੰਨ ਵਾਰ ਫੇਲ ਹੋਣ ਤੋਂ। ਅੱਛਾ ਜੀ। ਪਹਿਲਾਂ ਤਾਂ ਦੂਜਾ ਆਪਸ਼ਨ ਦੇਖ ਕੇ ਨਹੀਂ ਚੱਲਣਾ ਚਾਹੀਦਾ, ਪਹਿਲੇ ਆਪਸ਼ਨ 'ਤੇ ਕੰਮ ਕਰਨਾ ਚਾਹੀਦਾ ਜੀ। ਕੀ ਬਾਤ ਹੈ। ਅੱਛਾ, ਲਾਸਟ ਦੇ ਵਿੱਚ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਯੂਥ ਲਈ ਤਾਂ ਜੀ ਮੇਰਾ ਇਹੀ ਮੈਸੇਜ ਹੋਏਗਾ ਕਿ ਆਪਣੇ ਆਪ 'ਤੇ ਭਰੋਸਾ ਰੱਖੋ। ਪੰਜਾਬ ਦਾ ਯੂਥ ਹੁਣ ਸਾਰਾ ਜਿਵੇਂ ਬਾਹਰ ਜਾਈ ਜਾ ਰਿਹਾ, ਕੈਨੇਡਾ, US ਵੱਲ, ਅਤੇ ਮੈਨੂੰ ਤਾਂ ਲੱਗਦਾ ਆਪਣਾ ਘਰ ਇਹੀ ਹੈ, ਦੇਸ਼ ਇਹੀ ਹੈ, ਇੱਥੇ ਰਹਿ ਕੇ ਇੱਥੇ ਸੇਵਾ ਕਰੋ, ਬਹੁਤ
अनलिमिटेड ऑपरचुनिटीज ते पोटेंशियल है देश च भी ते देश वासियां च भी वो रियलाइज करन दी गल है जी। बहुत शुक्रिया, बहुत धन्यवाद, तुसी बहुत बिजी टाइम जो टाइम दिता, थैंक यू, सत श्री अकाल। जसरूप कौर बाट जी नाल गलबात करके चंगा लग्या। बच्चों असी बीज है जिहड़ा दईए थॉट्स का बीज ता ही बोर्ड बनणगे। कदे बोर्ड का बीज चक के देखिए तो उच्च कदे सोचा भी नहीं जा सकता भी ये बोर्ड बन जू तो एडा हो जूगा। सो थॉट्स है जिहड़े, हौसला जिहड़ा, शाबाश है जिहड़ी पिट थापड़नी है, शुकराना है जिहड़ा ਰਾਵਾਂ 'ਤੇ ਚੱਲਣ ਦਾ ਹੌਸਲਾ ਬੱਚਿਆਂ 'ਚ ਵੰਡੀਏ ਤਾਂ ਕਿ ਇਹ ਸਾਡੇ ਬੱਚੇ ਜਿਹੜੇ ਚੰਨ ਨੂੰ ਛਿੱਟਾ ਬਣ ਕੇ ਸਾਡੇ ਸਮਾਜ ਨੂੰ ਰੋਸ਼ਨ ਕਰ ਸਕਣ। ਦਿਓ ਇਜਾਜ਼ਤ ਫਿਰ ਮਿਲਾਂਗੇ, ਸਤਿ ਸ਼੍ਰੀ ਅਕਾਲ।